1895-96 ਦਾ ਸਮਾਂ ਸੀ ਇਹ। ਖਾਨ ਸਾਹਿਬ ਪੂਰੇ ਕਾਰੋਬਾਰ ਨਾਲ ਕੁਲਾਪੁਰ ਟੁਰ ਗਏ। ਰਾਜੇ ਨੇ ਉਹਨਾਂ ਨੂੰ ਢੇਰ ਸਨਮਾਣਿਆ, ਰਹਿਣ ਲਈ ਮਕਾਨ ਦਿੱਤਾ, ਛੋਟੇ ਭਰਾ ਹੈਦਰ ਖਾਨ ਨੂੰ ਰਿਆਸਤੀ ਗਵੱਈਆ ਬਣਾ ਲਿਆ, ਵਿਚਲੇ ਪੁੱਤਰ ਮੰਝੀ ਖਾਨ ਨੂੰ ਜ਼ਮੀਨ ਦੇ ਦਿੱਤੀ, ਛੋਟੇ ਭੌਰ ਜੀ ਨੂੰ ਜੰਗਲ ਮਹਿਕਮੇ 'ਚ ਭਰਤੀ ਕਰ ਲਿਆ। ਖਾਨ ਸਾਹਿਬ ਨੇ ਪੁਰਾਣੇ ਮਹਿਲ ਦੇ ਭਵਾਨੀ ਮੰਦਰ ਵਿੱਚ ਹਫ਼ਤੇ ਦੇ 2 ਦਿਨ ਗਾਣਾ ਹੁੰਦਾ ਸੀ। ਇੱਕ ਦਿਨ ਨੂਰ ਬੱਤਰੀ ਦੇ ਮੇਲੇ ਅਤੇ ਕਦੀ ਕਦੀ ਕਿਸੇ ਦਿਨ ਦਿਹਾੜ ਉੱਤੇ। ਖਾਨ ਸਾਹਿਬ ਰਾਜੇ ਨੂੰ ਦੱਸ ਕੇ ਜਿੱਥੇ ਚਾਹੁੰਦੇ ਗਾਣ ਜਾ ਸਕਦੇ ਸਨ। 1896 ਤੋਂ 1921 ਤਾਈਂ ਕੋਲਹਾਪੁਰ ਵਾਲਿਆਂ ਖਾਨ ਸਾਹਿਬ ਦੀ ਜਵਾਨੀ ਦਾ ਗਾਣਾ ਰੱਜ ਸੁਣਿਆ। ਉਹ ਨਿਰੇ ਗਵਾਲੀਅਰੀਆਂ ਦੇ ਹੀ ਜਾਣੂ ਸਨ। ਖਾਨ ਸਾਹਿਬ ਦੇ ਪੇਛਵੇਂ ਗਾਣੇ ਨੇ ਉਹਨਾਂ ਨੂੰ ਆਪਣੇ ਵਲੀਕੇ 'ਚ ਲੈ ਕੇ ਪਿਛਲਾ ਸਭ ਭੁਲਾ ਦਿੱਤਾ। ਰਜਬ ਅਲੀ ਖਾਨ ਦਿਵਾਸ ਵਾਲੇ ਆਪਣੇ ਬਾਪ ਮੁਗਲ ਖਾਨ ਨਾਲ ਕੋਲਹਾਪੁਰ ਹੀ ਹੁੰਦੇ ਸਨ। ਖਾਨ ਸਾਹਿਬ ਦਾ ਰਿਆਜ਼ ਉਹਨਾਂ ਲੁੱਕ ਲੁੱਕ ਸੁਣਨਾ ਅਤੇ ਫਿਰ ਘਰ ਜਾ ਕੇ ਪਕਾਉਂਦਿਆਂ ਰਹਿਣਾ। ਵਰ੍ਹਿਆਂ ਬੱਧੀ ਉਹ ਇਸੇ ਟੀਚੇ 'ਤੇ ਲੱਗੇ ਰਹਿ। ਓੜਕ ਉਹਨਾਂ ਦੇ ਗਾਣੇ ਵਿੱਚੋਂ ਖਾਨ ਸਾਹਿਬ ਅੱਲਾ ਦੀਏ ਖਾਨ ਦੀ ਦੱਸ ਪੈਣ ਲੱਗ ਪਏ। ਖਾਨ ਸਾਹਿਬ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਤੁਰਪਦ ਤਮਾਰ ਤੋਂ ਗਾਣਾ ਛੁਆਇਆ। ਜਦੋਂ ਆਵਾਜ਼ ਤਿਆਰ ਹੋ ਗਏ ਉਹਨੇ ਤਾਂ ਖਿਆਲ ਦੱਸਣ ਲੱਗ ਪਏ, ਮੁੰਡਿਆਂ ਦਾ ਬਹਿਣ ਖਲੋਣ ਨਵਾਬਾਂ ਦੇ ਬਾਲਾਂ ਨਾਲ ਹੋ ਗਿਆ, ਇਸ ਕਰਕੇ ਉਹਨਾਂ ਨੀਝ ਨਾਲ ਨਾ ਸਿੱਖਿਆ। ਖਾਨ ਸਾਹਿਬ ਨੇ ਤਿੰਨਾਂ ਦੀ ਇੱਕੋ ਜਿਹੀ ਸਿਖਾਈ ਕੀਤੀ, ਪਰ ਅੱਗੋਂ ਹੁੰਗਾਰਾ ਨਾ ਮਿਲਣ ਪਾਰੋਂ ਰੂਹ ਛੱਡ ਗਏ। ਸਭ ਤੋਂ ਵੱਡੇ ਪੁੱਤਰ ਬੜੇ ਜੀ ਨੂੰ ਛਾਤੀ 'ਚ ਕੋਈ ਰੋਗ ਹੋ ਗਿਆ। ਖਾਨ ਸਾਹਿਬ ਨੇ ਉਹਨੂੰ ਉਹਨੀ ਬਾਰੇ ਯਾਨੀ ਰਾਜਸਥਾਨ ਜੱਦੀ ਘਰ ਅਤੇ ਜ਼ਮੀਨ ਦੀ ਸਾਂਭ ਲਈ ਕਰ ਦਿੱਤਾ। ਦੂਜੇ ਪੁੱਤਰ ਮੰਝੀ ਖਾਨ ਨੇ ਆਪਣੇ ਮਿੱਠੇ ਸੁਰੀਲੇ ਆਵਾਜ਼ ਪਾਰੋਂ ਨਾਂ ਕੱਢਿਆ, ਪਰ 1937 'ਚ 48 ਵਰ੍ਹਿਆਂ ਦੀ ਉਮਰੇ ਗੁਜ਼ਰ ਗਏ। ਸਭ ਤੋਂ ਨਿੱਕੇ ਪੁੱਤਰ ਪੌਰ ਜੀ ਦਾ ਆਵਾਜ਼ ਸੋਹਣਾ ਨਹੀਂ ਸੀ, ਪਰ ਖਾਨ ਸਾਹਿਬ ਦੇ ਪੂਰੇ ਹੋਣ ਪਿੱਛੋਂ ਉਹਨਾਂ ਹੀ ਬਹੁਤ ਸਾਰੇ ਲੋਕਾਂ ਨੂੰ ਗਾਣਾ ਦੱਸਿਆ। ਜਿੰਨਾ ਚਿਰ ਸ਼ਾਹ ਜੀ ਮਹਾਰਾਜ ਜਿਉਂਦੇ ਰਹੇ, ਖਾਨ ਸਾਹਿਬ ਘਾਟੀ ਕੋਲਹਾਪੁਰੋਂ ਬਾਹਰ ਗਏ ਆਏ। ਰਾਜੇ ਦੀ ਮੌਤ ਮਗਰੋਂ ਉਹ ਬੰਬਈ ਆਣ ਵਸੇ। ਇੱਥੇ ਉਹਨਾਂ ਨੇ ਜਿਹੜੇ ਸ਼ਾਗਿਰਦਾਂ ਨੂੰ ਸਿਖਾਇਆ, ਕੇਸਰ ਬਾਈ ਉਹਨਾਂ 'ਚੋਂ ਮੋਹਰਲੇ ਥਾਂ ਸਨ। ਕੇਸਰ ਬਾਈ ਨੇ ਖਾਨ ਸਾਹਿਬ ਤੋਂ 16 ਜਾਂ 17 ਵਰੇ ਗਾਣਾ ਸਿੱਖਿਆ। ਮੋਗੋ ਬਾਈ ਕੁਰਦੀਕਰ ਖਾਨ ਸਾਹਿਬ ਦੇ ਭਰਾ ਹੈਦਰ ਖਾਨ ਤੋਂ ਸਿੱਖਦੇ ਸਨ। ਮੋਗੋ ਬਾਈ ਕੁਰਦੀਕਰ ਕਿਸ਼ੋਰੀ ਅਮੋਨੀਕਰ ਦੇ ਮਾਂ ਜੀ ਨੇ, ਪਰ ਕਦੀ ਕਦੀ ਉਹਨਾਂ ਨੂੰ ਖਾਨ ਸਾਹਿਬ ਵੀ ਸਿੱਖਿਆ ਦਿੰਦੇ ਹੁੰਦੇ ਸਨ। ਸੇਠ ਗੁੱਲੂ ਬਾਈ ਜਸਦਾ ਵਾਲੇ, ਸ਼ੰਕਰ ਰਾਓ ਸਰਨਾਇਕ ਅਤੇ ਲੀਲਾ ਸ਼ਰਗਾਉਂਕਰ ਨੂੰ ਵੀ ਖਾਨ ਸਾਹਿਬ ਤੋਂ ਉਹਨਾਂ ਦੀ ਛੇਕੜੀ ਉਮਰ ਵਿੱਚ ਸਿੱਖਣ ਦਾ ਦਾਅਵਾ ਹੈ। ਖਾਨ ਸਾਹਿਬ ਦੇ ਮਹਾਂਕਲਾਕਾਰ ਹੋਣ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਨੂੰ ਹਜ਼ਾਰਾਂ ਚੀਜ਼ਾਂ ਅਤੇ ਸੈਂਕੜੇ ਅਜਿਹੇ ਰਾਗ ਚੇਤੇ ਸਨ ਜਿਨ੍ਹਾਂ ਦਾ ਕਿਸੇ ਨੂੰ ਨਾਮ ਹੀ ਨਹੀਂ ਸੀ ਆਉਂਦਾ। ਬਦਕਿਸਮਤੀ ਇਹ ਸਾਰਾ ਇਲਮ ਅਗਾਂਹ ਕਿਸੇ ਸ਼ਾਗਿਰਦ ਨੂੰ ਵੀ ਨਾ ਪੜਿਆ। ਖਾਨ ਸਾਹਿਬ ਦੇ ਸਿਖਾਵਣ ਢੰਗ ਬਾਰੇ ਬੜੀਆਂ ਗੱਲਾਂ ਹੁੰਦੀਆਂ ਹਨ। ਸਭ ਤੋਂ ਵੱਡਾ ਗਿਲਾ ਤਾਂ ਇਹ ਹੈ, ਖਾਨ ਸਾਹਿਬ ਸ਼ਾਗਿਰਦਾਂ ਨੂੰ ਰਾਗਾਂ ਦੇ ਨਾਂ ਨਹੀਂ ਸਨ ਦੱਸਦੇ। ਧੁਰਪਦ ਧਮਾਰ ਤੋਂ ਉਹਨਾਂ ਬਹੁਤ ਸਾਰੇ ਖਿਆਲ ਬਣਾਏ ਹੋਏ ਸਨ। ਪੰਡਿਤ ਭਾਸਕਰ ਬੂਆ ਬਾਖਲੇ ਦੀ ਜੀਵਨੀ ਤੋਂ ਪਤਾ ਲੱਗਦਾ ਹੈ, ਯਾਨੀ ਪੰਡਿਤ ਭਾਸਕਰ ਰਾਓ ਹੋਰਾਂ ਦੀ, ਉਹਨਾਂ 1901 ਤੋਂ 1902 ਤਾਈਂ ਖਾਨ ਸਾਹਿਬ ਤੋਂ ਬਹੁਤ ਕੁਝ ਸਿੱਖਿਆ। ਭਾਸਕਰ ਰਾਓ ਦੇ ਜਵਾਤਰੇ ਦਮੰਕਰ ਨੇ ਮੈਨੂੰ ਦੱਸਿਆ, ਭਾਸਕਰ ਬੂਆ ਨੇ ਖਾਨ ਸਾਹਿਬ ਤੋਂ ਸਿੱਖੀਆਂ ਚੀਜ਼ਾਂ ਇੱਕ ਕਾਪੀ 'ਚ ਉਤਾਰ ਲਈਆਂ ਸਨ। ਦਮੰਕਰ ਨੇ ਇਹ ਕਾਪੀ ਵੇਖਣ ਲਈ ਮੈਨੂੰ ਵੀ ਦਿੱਤੀ। ਅੱਜ ਜੈਪੁਰ ਘਰਾਣੇ ਦੇ ਗਵੱਈਏ ਜਿਹੜੀਆਂ ਚੀਜ਼ਾਂ ਖਿਆਲ ਕਰਕੇ ਗਾਉਂਦੇ ਨੇ, ਭਾਸਕਰ ਬੂਆ ਨੂੰ ਉਹ ਦੁਰਪਦ ਦਮਾਰ ਦੀ ਸ਼ਕਲ 'ਚ ਦੱਸੀਆਂ ਗਈਆਂ ਸਨ। ਉਹਨਾਂ ਵਿੱਚੋਂ ਇੱਕ ਚੀਜ਼ ਮੈਂ ਵੀ ਲਿਖ ਕੇ ਰੱਖ ਲਈ ਸੀ। ਖਾਨ ਸਾਹਿਬ ਉੱਤੇ ਇੱਕ ਦੋਸ਼ ਇਹ ਵੀ ਹੈ, ਜੋ ਉਹਨਾਂ ਮਸ਼ਹੂਰ ਚੀਜ਼ ਅਰੇ ਬਰੇ ਸਈਆ ਤੋਹੇ ਸ਼ਕਲ ਬਿਨਾਂ ਢੂੰਡੂ, ਅਰੇ ਬਰੇ ਸਈਆ ਤੋਹੇ ਸ਼ਕਲ ਬਿਨਾਂ ਢੂੰਡੂ, ਤੁਰਪਦ ਸਿਖਾਈ ਤੇ ਇਹਨੂੰ ਯੋਗ ਆਖਿਆ।
ਭਾਸਕਰ ਬੂਆ ਦੀ ਕਾਪੀ ਤੋਂ ਵੀ ਇਹ ਦੋਸ਼ ਖਰਾ ਸਾਬਤ ਹੁੰਦਾ ਹੈ, ਪਰ ਸੱਚ ਇਹ ਹੈ ਖਾਨ ਸਾਹਿਬ ਨੇ ਧੁਰਪਦ ਨੂੰ ਖਿਆਲ ਵਿੱਚ ਬਦਲਿਆ ਜ਼ਰੂਰ, ਪਰ ਵੱਡੇ ਕਸਬ ਕਮਾਲ ਨਾਲ। ਪੱਕੇ ਗਾਣੇ ਦੇ ਉਸਤਾਦ ਸ਼ਾਗਿਰਦਾਂ ਨੂੰ ਘੱਟ ਹੀ ਦੱਸਦੇ ਨੇ, ਜ਼ਰੂਰੀ ਨੇ ਖਾਨ ਸਾਹਿਬ ਦੀ ਨੀਅਤ ਵੀ ਇੰਜ ਦੀ ਹੀ ਹੋਵੇ। ਉਹਨਾਂ ਸੰਗੀਤ ਆਪਣੀ ਟਾਬਰੀ ਦੇ ਵੱਡ ਵਡੇਰਿਆਂ ਤੋਂ ਸਿੱਖਿਆ ਸੀ, ਹੋ ਸਕਦਾ ਉਹਨਾਂ ਨੂੰ ਆਪ ਵੀ ਰਾਗਾਂ ਦੇ ਨਾਵਾਂ ਦਾ ਪੂਰਾ ਉੱਗ ਸੁੱਗ ਨਾ ਹੋਵੇ। ਮੈਨੂੰ ਇੱਕ ਵਾਰ ਕੇਸਰ ਬਾਈ ਨੇ ਦੱਸਿਆ, ਖਾਨ ਸਾਹਿਬ ਨੂੰ ਰਾਗਾਂ ਦੇ ਨਾਵਾਂ ਦਾ ਪੱਕ ਹੁੰਦਾ ਤਾਂ ਉਹ ਮੈਨੂੰ ਜ਼ਰੂਰ ਦੱਸਦੇ। ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦੇ ਨਾਂ ਨਹੀਂ ਸਨ ਆਉਂਦੇ, ਕੇਸਰ ਬਾਈ ਨੂੰ ਉਂਝੇ ਚੇਤੇ ਕਰਾਉਂਦੇ ਸਨ ਜਿਵੇਂ ਉਹਨਾਂ ਆਪ ਸਿੱਖੀਆਂ ਸਨ। ਮੈਂ ਖਾਨ ਸਾਹਿਬ ਉੱਤੇ ਇੱਕ ਹੋਰ ਦੋਸ਼ ਬਾਰੇ ਕੇਸਰ ਬਾਈ ਨੂੰ ਪੁੱਛਿਆ। ਉਹਨਾਂ ਦੇ ਸ਼ਾਗਿਰਦ ਕਾਫ਼ੀ ਕਾਨੜਾ ਤ੍ਰੈ ਵੱਖ ਵੱਖ ਸ਼ਕਲਾਂ 'ਚ ਗਾਉਂਦੇ। ਕੇਸਰ ਬਾਈ ਆਖਿਆ, ਖਾਨ ਸਾਹਿਬ ਨੇ ਉਹਨਾਂ ਤਿੰਨਾਂ ਸ਼ਕਲਾਂ ਨੂੰ ਕਾਫ਼ੀ ਕਾਨੜਾ ਨਹੀਂ ਕਿਹਾ। ਸਾਡੇ ਵਿੱਚੋਂ ਕਿਸੇ ਜੇ ਉਹਨਾਂ ਨੂੰ ਦੱਸਿਆ ਵੀ ਕੁਝ ਸਿਆਣੇ ਲੋਕ ਫਲਾਣੀ ਫਲਾਣੀ ਚੀਜ਼ ਨੂੰ ਕਾਫ਼ੀ ਕਾਨੜਾ ਦੱਸਦੇ ਨੇ ਤਾਂ ਅੱਗੋਂ ਇੰਨਾ ਹੀ ਆਖ ਛੱਡਦੇ, ਹੋ ਸਕਦਾ ਇਹੋ ਹੀ ਅਸਲ ਨਾ ਹੋਵੇ। ਪਰ ਉਹਨਾਂ ਕਦੀ ਵੀ ਨਹੀਂ ਸੀ ਕਿਹਾ ਇਹ ਕਾਫ਼ੀ ਕਾਨੜਾ ਹੀ। ਇੱਕ ਵਾਰ ਕੋਲਹਾਪੁਰ ਗਿਆ ਮੈਂ ਲਕਸ਼ਮੀ ਬਾਈ ਨੂੰ ਮਿਲਿਆ, ਅਸੀਂ ਇੱਕ ਚੀਜ਼ ਬਾਰੇ ਗੱਲਾਂ ਛੋ ਬੈਠੇ ਭਈ ਨਟ ਰਾਗ ਦੀ ਏ। ਤਾਂ ਲਕਸ਼ਮੀ ਬਾਈ ਨੇ ਝੱਟ ਕਾਪੀ ਕੱਢ ਕੇ ਆਖਿਆ, ਖਾਨ ਸਾਹਿਬ ਨੇ ਘੱਟੋ ਘੱਟ ਇਹ ਚੀਜ਼ ਉਹਨਾਂ ਨੂੰ 5 ਵਾਰੀ ਕਰਵਾਈ ਏ ਅਤੇ ਹਰ ਵਾਰੀ ਇਹਦਾ ਰਾਗ ਕੋਈ ਹੋਰ ਹੀ ਦੱਸਿਆ। ਉਹ ਕਹਿਣ ਲੱਗੇ, ਖਾਨ ਸਾਹਿਬ ਜਦੋਂ ਵੀ ਕੋਲਹਾਪੁਰ ਆਉਂਦੇ ਤਾਂ ਅਸੀਂ ਉਹਨਾਂ ਤੋਂ ਕੁਝ ਸਿੱਖਣ ਬਹਿ ਜਾਂਦੇ। ਇਹ ਚੀਜ਼ ਉਹਨਾਂ ਇੰਜ ਦੇ ਹੀ ਕਿਸੇ ਵੇਲੇ ਮੈਨੂੰ ਯਾਦ ਕਰਾਈ, ਭਾਵੇਂ ਉਹਨਾਂ ਕੋਈ ਨਾਂ ਨਹੀਂ ਸੀ ਦੱਸਿਆ, ਮਗਰੋਂ ਉਹਨਾਂ ਨੂੰ ਸਿਹਤਖਾਨੇ ਲਈ ਇਹ ਚੀਜ਼ ਮੈਂ ਕਈ ਵਾਰ ਸੁਣਾਈ। ਖਾਨ ਸਾਹਿਬ ਹਰ ਵਾਰ ਉਹਦਾ ਰਾਗ ਵੱਖਰਾ ਹੀ ਦੱਸਿਆ। ਖਾਨ ਸਾਹਿਬ ਉੱਤੇ ਦੂਜਾ ਦੋਸਤ ਤਾਨਬਾਜ਼ੀ ਦਾ ਸੀ। ਆਉਂਦੇ ਸਨ ਆਪਣੇ ਘਰਾਣੇ ਦੇ ਗਾਣੇ 'ਚ ਤਾਨਾਂ ਦੀ ਚੜ੍ਹਤ ਖਾਨ ਸਾਹਿਬ ਦਾ ਆਪਣਾ ਵਾਧਾ ਸੀ। ਇਹਦੇ ਬਾਰੇ ਮੈਂ ਇੱਕ ਦਿਨ ਪੰਡਿਤ ਭਾਤ ਖੰਡੇ ਨਾਲ ਚੁਪਾਟੀ ਦੀ ਰੇਤ ਉੱਤੇ ਬੈਠਿਆਂ ਗੱਲ ਕੀਤੀ। ਮੈਨੂੰ ਸ਼ੱਕ ਸੀ ਪੰਡਿਤ ਜੀ ਖਾਨ ਸਾਹਿਬ ਦੇ ਚੋਖੇ ਸ਼ੁਕੀਨ ਨਹੀਂ ਸਨ। ਉਹ ਖਾਨ ਸਾਹਿਬ ਨੂੰ ਕਾਰੀਗਰ ਅਤੇ ਦੁਕਾਨਦਾਰ ਗਵੱਈਆ ਦੱਸਣ ਲੱਗ ਪਿਆ। ਉਹਨਾਂ ਆਖਿਆ, ਖਾਨ ਸਾਹਿਬ ਜੇ ਕਦੀ ਸਿਆਸਤ 'ਚ ਹੁੰਦੇ ਤਾਂ ਬੜਾ ਨਾਂ ਕਰਨਾ ਸੀ ਉਹਨਾਂ ਆਪਣਾ। ਮੈਂ ਉਹਨਾਂ ਦੇ ਇਲਮ ਗਿਆਨ ਦੀ ਗੱਲ ਨਹੀਂ ਕਰਦਾ, ਪਰ ਉਹਨਾਂ ਦੀ ਗਾਇਕੀ ਦੀ ਗੱਲ ਕਰ ਰਹੇ ਹਾਂ ਜਿਹੜੀ ਉਹਨਾਂ ਦੀ ਆਪਣੀ ਉਪਜ ਹੈ, ਭਾਵੇਂ ਉਹ ਕਦੀ ਵੀ ਨਹੀਂ ਮੰਨਦੇ। ਫਿਰ ਪੰਡਿਤ ਜੀ ਨੇ ਦੱਸਿਆ, ਇੱਕ ਵਾਰੀ ਉਹਨਾਂ ਨੂੰ ਇਸੇ ਥਾਂ ਹੀ ਖਾਨ ਸਾਹਿਬ ਬੈਠੇ ਮਿਲ ਪਏ, ਗੱਲਾਂ ਛਿੜੀਆਂ ਤਾਂ ਕਹਿਣ ਲੱਗੇ ਉਹਨਾਂ ਆਪਣੇ ਘਰਾਣੇ ਦੇ ਪੀੜ੍ਹੀਆਂ ਪੁਰਾਣੇ ਘਰਾਣੇ ਵਿੱਚ ਕੋਈ ਉਪਜ ਨਹੀਂ ਕੀਤੀ, ਉਹਨੂੰ ਸਗਵਾਂ ਹੀ ਗਾਉਂਦੇ ਨੇ। ਉਹਨਾਂ ਆਪਣੇ ਘਰਾਣੇ ਦੇ ਪੀੜ੍ਹੀਆਂ ਪੁਰਾਣੇ ਗਾਣੇ ਵਿੱਚ ਕੋਈ ਉਪਜ ਨਹੀਂ ਕੀਤੀ, ਉਹਨੂੰ ਸਗਵਾਂ ਹੀ ਗਾਉਂਦੇ ਨੇ। ਮੈਂ ਪੁੱਛਿਆ, ਤੁਹਾਡਾ ਗਾਣਾ ਰਾਜਸਥਾਨ 'ਚ ਤੁਹਾਡੇ ਘਰਾਣੇ ਦੇ ਲੋਕਾਂ ਨਾਲ ਰਲਦਾ? ਖਾਨ ਸਾਹਿਬ ਦਾ ਜਵਾਬ ਸੀ, ਮੇਰੇ ਘਰਾਣੇ ਦੇ ਬੁੱਢਿਆਂ ਦਾ ਗਾਣਾ ਸਗਵਾਂ ਮੇਰੇ ਵਾਲਾ ਹੀ ਹੈ, ਤੁਸੀਂ ਰਾਜਸਥਾਨ ਜਾ ਕੇ ਵੇਖ ਲਵੋ। ਉਹਨਾਂ ਉਨੀ ਬਾਰੇ ਰਹਿੰਦੇ ਆਪਣੇ ਇੱਕ ਦੋ ਰਿਸ਼ਤੇਦਾਰਾਂ ਦੇ ਨਾਂ ਵੀ ਦੱਸੇ। ਮੈਂ ਉਹਨਾਂ ਨੂੰ ਜਾ ਕੇ ਮਿਲਣ ਦੀ ਨੀਅਤ ਬੰਨ ਲਈ ਤਾਂ ਜੋ ਅਸਲ ਗੱਲ ਤਾਂ ਹੀ ਪੜਿਆ ਜਾਵੇ। ਮੈਂ ਰਾਜਸਥਾਨ ਜਾ ਕੇ ਉਹ ਗਵੱਈਏ ਸੁਣੇ। ਜਦੋਂ ਮੈਂ ਖਾਨ ਸਾਹਿਬ ਨੂੰ ਇੱਥੇ ਹੀ ਫਿਰ ਮਿਲਿਆ ਤਾਂ ਸਾਫ ਦੱਸ ਦਿੱਤਾ, ਉਹਨਾਂ ਦੇ ਰਿਸ਼ਤੇਦਾਰ ਗਵਾਲੀਅਰ ਘਰਾਣੇ ਦਾ ਗਾਣਾ ਗਾਉਂਦੇ। ਖਾਨ ਸਾਹਿਬ ਮੇਰੇ 'ਤੇ ਬੜੇ ਖਿੱਜੇ ਅਤੇ ਮੁੜ ਅਸੀਂ ਕਦੀ ਇੱਕ ਦੂਜੇ ਦੇ ਨੇੜੇ ਨਾ ਲੱਗੇ। ਦੂਜੀ ਗੱਲ ਇੰਝੇ, 16 ਮਾਰਚ 1946 ਨੂੰ ਖਾਨ ਸਾਹਿਬ ਦੇ ਗੁਜ਼ਰ ਜਾਣ 'ਤੇ ਨਾਸਰੂਦੀਨ ਬੜੇ ਜੀ ਬੰਬੇ ਆਏ। ਅਫਸੋਸ ਕਰਨ ਮਗਰੋਂ ਅਸੀਂ ਉਹਨਾਂ ਦਾ ਗਾਣਾ ਰੱਖ ਲਿਆ। ਇਸ ਮਹਿਫਲ ਵਿੱਚ ਉਹਨਾਂ ਦੱਸਿਆ ਖਾਨ ਸਾਹਿਬ ਨੇ ਕਿਵੇਂ ਧੱਕੇ ਜ਼ੋਰੀ ਗਾਣਾ ਛੁਡਾ ਕੇ ਉਹਨਾਂ ਨੂੰ ਉਨੀ ਬਾਰੇ ਜ਼ਮੀਨਾਂ 'ਤੇ ਕੱਲਿਆ ਸੀ। ਉਹਨਾਂ ਦੇ ਦੱਸਣ ਮੁਜਬ ਇੱਕ ਵਾਰੀ ਕ੍ਰਿਕਟ ਖੇਡਦਿਆਂ ਉਹਨਾਂ ਦੇ ਸੀਨੇ 'ਚ ਗੇਂਦ ਵੱਜੀ ਸੀ ਅਤੇ ਉਹਨਾਂ ਨੂੰ ਲਹੂ ਦੀ ਉਲਟੀ ਵੀ ਆਈ ਸੀ, ਪਰ ਕੁਝ ਵੇਲੇ ਮਗਰੋਂ ਬਿਲਕੁਲ ਤੰਦਰੁਸਤ ਹੋ ਗਏ ਸਨ। ਪਰ ਖਾਨ ਸਾਹਿਬ ਨੇ ਸਿਹਤ ਦੀ ਖਰਾਬੀ ਦੱਸ ਕੇ ਉਹਨਾਂ ਨੂੰ ਮੁੜ ਕਦੀ ਗਾਉਣ ਨਾ ਦਿੱਤਾ ਅਤੇ ਉਹਨਾਂ ਦੇ ਖੱਪ ਰੌਲੇ ਦੀ ਪਰਵਾਹ ਕੀਤੇ ਬਿਨਾਂ ਉਨੀ ਬਾਰੇ ਚਿੱਕ ਦਿੱਤਾ। ਉਦੋਂ ਦੇ ਉਹ ਉੱਥੇ ਹੀ ਹੁੰਦੇ ਸਨ। ਇਹ ਸਾਰੀ ਕਥਾ ਮਗਰੋਂ ਨਾਸਰੂਦੀਨ ਖਾਨ ਜਿਹੜਾ ਗਾਣਾ ਗਵੇ, ਖਾਨ ਸਾਹਿਬ ਦੇ ਗਾਣੇ ਦੀ ਪਤਲੀ ਜਿਹੀ ਨੁਹਾਰ ਹੁੰਦਿਆਂ ਵੀ ਉਹ ਗਵਾਲੀਅਰੀਆਂ ਦੇ ਚੋਖਾ ਨੇੜੇ ਸੀ।
ਬੰਬੇ 'ਚ ਮੇਰੀ ਮੰਜੀ ਖਾਂ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ। ਉਹ ਰਹਿਮਤ ਖਾਂ ਦੇ ਗਾਣੇ ਦੇ ਆਸ਼ਕ ਸਨ। ਉਹਨਾਂ ਇੱਕ ਵੇਲੇ ਰਹਿਮਤ ਖਾਂ ਦੇ ਅੰਗ 'ਚ ਗਾਣਾ ਚਾਹਿਆ, ਪਰ ਖਾਨ ਸਾਹਿਬ ਨੇ ਮੁਖਾਲਫਤ ਕੀਤੀ ਅਤੇ ਉਹਨਾਂ ਦਾ ਗਾਣਾ ਨਾ ਗਾਵਣ ਦਿ ਉਹਨਾਂ ਨੂੰ ਗਾਣਾ ਨਾ ਗਾਵਣ ਦਿੱਤਾ। ਪਰ ਖਾਨ ਸਾਹਿਬ ਨੇ ਮੁਖਾਲਫਤ ਕੀਤੀ ਅਤੇ ਉਹਨਾਂ ਦਾ ਗਾਣਾ ਨਾ ਗਾਵਣ ਦਿੱਤਾ। ਮੰਜੀ ਖਾਂ ਦੇ ਅੰਦਰੋਂ ਰਹਿਮਤ ਖਾਂ ਦਾ ਗਾਣਾ ਨਿਕਲ ਨਾ ਸਕਿਆ। ਗੋਵਿੰਦ ਰਾਓ ਤੇਂਬੇ ਆਪਣੀ ਕਿਤਾਬ ਵਿੱਚ ਲਿਖਦੇ ਨੇ, ਉਹਨਾਂ ਅਲਾਦੀਏ ਖਾਂ ਨੂੰ ਉਸ ਵੇਲੇ ਸੁਣਿਆ ਜਦੋਂ ਉਹ ਲੰਮਾ ਅਲਾਪ ਕਰਦੇ ਸਨ। ਉਹਨਾਂ ਖਾਂ ਸਾਹਿਬ ਦੀਆਂ ਬੋਲਤਾਨਾਂ ਵੀ ਬਹੁ ਸਲਾਹਤਾ ਕੀਤੀ, ਪਰ ਮੈਨੂੰ ਖਾਂ ਸਾਹਿਬ ਦੇ ਆਪਣੇ ਅਤੇ ਉਹਨਾਂ ਦੇ ਸ਼ਾਗਿਰਦਾਂ ਦੇ ਗਾਣੇ 'ਚ ਬੋਲਤਾਨ ਨਹੀਂ ਲੱਭੀ। ਕਦੀ ਜ਼ਰੂਰ ਬੋਲਤਾਨ ਦੇ ਵੀ ਉਸਤਾਦ ਰਹਿ ਹੋਣੇ ਨੇ, ਨਹੀਂ ਤਾਂ ਕਿਸੇ ਨੂੰ ਐਵੇਂ ਆਖਣ ਦੀ ਕੀ ਲੋੜ ਹੈ। ਉਂਝ ਵੀ ਉਹ ਮੁੱਢੋਂ ਦੁਰਪਦ ਦੇ ਜਾਣੂ ਸਨ ਅਤੇ ਬੋਲਤਾਨ ਤੁਰਪਦ ਵਿੱਚ ਉੱਤਮ ਚੀਜ਼ ਮੰਨੀ ਜਾਂਦੀ ਹੈ। ਉਹਨਾਂ ਨੂੰ ਪੱਕ ਨਾਲ ਬੋਲਤਾਨਾਂ ਵੀ ਆਉਂਦੀਆਂ ਸਨ। ਉਹ ਵੱਖਰੀ ਗੱਲ ਹੈ, ਉਹਨਾਂ ਕਿਸੇ ਸ਼ਾਗਿਰਦ ਨੂੰ ਵੀ ਇਹਨਾਂ ਦੀ ਸਿੱਖਿਆ ਨਾ ਦਿੱਤੀ। ਮੈਨੂੰ ਯਾਦ ਹੈ ਗਵਾਲੀਆ ਟੈਂਕ ਲਾਗੇ ਗਾਮ ਦੇਵੀ ਦੇ ਇਲਾਕੇ ਵਿੱਚ ਇੱਕ ਰਈਸ ਹੁੰਦਾ ਸੀ, ਸੇਠ ਗੋਪਾਲ ਦਾਸ। ਉਹ ਹਰ ਮਹੀਨੇ ਆਪਣੇ ਘਰ ਕੇਸਰ ਬਾਈ ਕੇਰਕਰ ਦਾ ਗਾਣਾ ਕਰਵਾਉਂਦਾ ਸੀ। ਇੱਕ ਦੋ ਵਾਰ ਉਹਦੇ ਘਰ ਇਹ ਗਾਣਾ ਮੈਂ ਵੀ ਸੁਣਿਆ। ਇੱਥੇ ਹੀ ਇੱਕ ਵਾਰੀ ਕੇਸਰ ਬਾਈ ਨੇ ਦਮਾਰ ਗਾਉਂਦਿਆਂ ਬੋਲਤਾਨਾਂ ਵੀ ਆਖੀਆਂ। ਖਾਂ ਸਾਹਿਬ ਅਲਾਦੀਏ ਖਾਂ ਵੀ ਸਾਹਮਣੇ ਬੈਠੇ ਸਨ। ਕੇਸਰ ਬਾਈ ਨਾਲ ਸਾਰੰਗੀ ਅਤੇ ਅਬਦੁਲ ਮਜੀਦ ਖਾਂ ਅਤੇ ਤਬਲੇ ਅਤੇ ਵਿਸ਼ਨੂੰ ਸ਼ਰੋਡਕਰ ਸੰਗਤ ਪੈ ਕਰਦੇ ਸਨ। ਇਹ ਤਾਨਾਂ ਬਹੁਤ ਸੋਹਣੀਆਂ ਅਤੇ ਸੁਥਰੀਆਂ ਸਨ, ਇੱਕ ਤੋਂ ਇੱਕ ਵੱਖਰੀ। ਖਾਨ ਸਾਹਿਬ ਦੇ ਫੌਤ ਹੋ ਜਾਣ ਪਿੱਛੋਂ ਮੈਂ ਇੱਕ ਵਾਰੀ ਕੇਸਰ ਬਾਈ ਨੂੰ ਪੁੱਛਿਆ ਅਤੇ ਉਹ ਆਖਣ ਲੱਗੇ, ਖਾਨ ਸਾਹਿਬ ਨੇ ਉਹ ਇੱਕੋ ਹੀ ਦਮਾਰ ਦੱਸੀ ਸੀ, ਐਵੇਂ ਤੁਰਪਤ ਦੀ ਵਣਗੀ ਪਾਰੋਂ। ਉਹ ਤੁਰਪਤ ਅੰਗ ਦਾ ਗਾਣਾ ਨਹੀਂ ਸਨ ਗਾਵਣ ਦਿੰਦੇ, ਇਸ ਕਰਕੇ ਉਹ ਚੀਜ਼ ਉਦੋਂ ਉਹਨਾਂ ਦੀ ਹਾਜ਼ਰੀ ਵਿੱਚ ਹੀ ਗਵੀ, ਮੁੜ ਕੇ ਕਦੀ ਨਹੀਂ। ਖਾਂ ਸਾਹਿਬ ਆਮ ਕਰਕੇ ਛੋਟਾ ਖਿਆਲ ਹੀ ਗਾਉਂਦੇ ਸਨ, 20-25 ਮਿੰਟਾਂ ਦਾ। ਪੁਰਾਣੇ ਲੋਕਾਂ ਤੋਂ ਵੀ ਮੈਂ ਇਹੋ ਹੀ ਸੁਣਿਆ। ਉਹਨਾਂ ਦੇ ਗਾਣੇ 'ਚ ਬਸਤਾਨਾ ਹੀ ਹੁੰਦੀਆਂ ਸਨ, ਪੇਚਵੀਆਂ ਅਤੇ ਵਲਦਾਰ। ਸਦਾ ਅਛੋਪ ਰਾਗ ਗਾਉਂਦੇ ਸਨ ਅਤੇ ਫਿਰ ਉਹਨਾਂ ਦਾ ਢੰਗ ਸਭਨਾ ਤੋਂ ਵੱਖਰਾ ਵੀ ਸੀ ਅਤੇ ਸੋਹਣਾ ਵੀ। ਇਹੋ ਵਜ੍ਹਾ ਸੀ ਜਿਹੜਾ ਸੁਣਦਾ ਸੀ ਉਹਨਾਂ ਦੀ ਪੂਜਾ ਕਰਨ ਲੱਗ ਪਾਉਂਦਾ ਸੀ। ਖਾਨ ਸਾਹਿਬ ਲੰਮੀ ਬਿਮਾਰੀ ਭੋਗ ਕੇ ਫੌਤ ਹੋਏ। ਚਾਹਵਾਨ ਖਬਰ ਲੈਣ ਹਰ ਵੇਲੇ ਜਾਂਦੇ ਰਹਿੰਦੇ ਸਨ। ਖਾਨ ਸਾਹਿਬ ਮਾਣ ਨਾਲ ਆਪਣੇ ਆਪ ਨੂੰ ਗੌੜ ਬਾਹਮਣਾਂ ਦੀ ਲੜੀ ਵਿੱਚੋਂ ਦੱਸਦੇ। ਉਹਨਾਂ ਜੰਝੂ ਵੀ ਪਾ ਲਿਆ। ਮੁਸਲਮਾਨ ਗਵਈਆਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਸਨ ਲੱਗਦੀਆਂ। 16 ਮਾਰਚ 1946 ਨੂੰ 1-2 ਵਜੇ ਮੈਨੂੰ ਖਾਨ ਸਾਹਿਬ ਦੇ ਫੌਤ ਹੋਣ ਦੀ ਖਬਰ ਮਿਲੀ। ਅਜੇ ਮੈਂ ਤਾਂ ਕੁਮਾਰ ਗੰਧਰਵ ਬਲਾਤਸਕੀ ਲਾਜ ਕੋਲ ਹੀ ਅਪੜੇ ਸਾਂ। ਅੱਗੋਂ ਜਨਾਜ਼ਾ ਆਉਂਦਾ ਦਿਸਿਆ। ਮਸਾਂ 8-10 ਬੰਦੇ ਆਉਣੇ ਨੇ ਸਾਰੇ। ਸਾਨੂੰ ਯਕੀਨ ਨਾ ਆਇਆ। ਪੁੱਛਿਆ ਤਾਂ ਜਨਾਜ਼ਾ ਖਾਨ ਸਾਹਿਬ ਦਾ ਹੀ ਸੀ। ਉਸੇ ਸ਼ਾਮ ਮੇਰੀ ਇੱਕ ਮੁਸਲਮਾਨ ਗਵਈਏ ਨਾਲ ਮੁਲਾਕਾਤ ਹੋਈ ਤਾਂ ਮੈਂ ਉਹਦੇ ਨਾਲ ਐਡੀ ਘੱਟ ਹਾਜ਼ਰੀ ਦਾ ਉਲਾਮਾ ਕੱਢਿਆ। ਉਹ ਆਖਣ ਲੱਗਾ, ਖਾਨ ਸਾਹਿਬ ਬਾਹਮਣ ਜ਼ਾਤ ਦੇ ਉੱਚੇ ਮੁਸਲਮਾਨ ਸਨ, ਨੀਵੀਂ ਜ਼ਾਤ ਦੇ ਮੁਸਲਮਾਨ ਉਹਨਾਂ ਦੇ ਜਨਾਜ਼ੇ 'ਚ ਕਿਵੇਂ ਰਲ ਸਕਦੇ ਸਨ। ਖਾਨ ਸਾਹਿਬ ਬੜੀ ਅਣਖ ਵਾਲੇ ਜੀ ਸਨ, ਖੁਸ਼ਾਮਦ ਨਹੀਂ ਸਣੇ ਪਾਉਂਦੀ, ਕਦੀ ਲਾਲਚ ਨਹੀਂ ਸਨ ਕਰਦੇ, ਜੋ ਲੱਭਦਾ ਰਾਜ਼ੀ ਹੋ ਕੇ ਪ੍ਰਵਾਨ ਕਰ ਲੈਂਦੇ। ਮਸ਼ਹੂਰੀ ਦਾ ਵੀ ਉਹਨਾਂ ਨੂੰ ਉੱਕਾ ਸ਼ੌਕ ਨਹੀਂ ਸੀ। ਅਖੀਰਲੇ ਵੇਲੇ ਇਹੋ ਹੀ ਮਨਖ ਸੀ, ਔਲਾਦ 'ਚੋਂ ਕੋਈ ਉਹਨਾਂ ਜਿਹਾ ਨਾ ਹੋ ਸਕਿਆ।